ਤੇਜ਼ ਰਫ਼ਤਾਰ ਕਾਰਨ ਆਏ ਦਿਨ ਸੜਕੀ ਹਾਦਸੇ ਵੱਧਦੇ ਹੀ ਜਾ ਰਹੇ ਨੇ। ਅਜਿਹਾ ਇੱਕ ਹਾਦਸਾ ਗੁਰਦਾਸਪੁਰ ਹਰਦੋਸਨੀ ਰੋਡ ਬਾਈਪਾਸ ਤੇ ਹੋਇਆ, ਜਿੱਥੇ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋਣ ਕਰਕੇ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਆਈ ਹੈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਏ ਅਤੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਅਸੀਂ ਅਚਾਨਕ ਇੱਕ ਦੋਸਤ ਨੂੰ ਲੈ ਕੇ ਗਏ ਤਾਂ ਉੱਥੇ ਤਿੰਨ ਜਣੇ ਪਏ ਸੀ। ਅਸੀਂ ਪੁਲਿਸ ਨੂੰ ਕਾਲ ਕੀਤੀ ਵੀ ਇੱਦਾਂ ਕਰਕੇ ਕੁਛ ਨੌਜਵਾਨਾਂ ਦਾ ਉੱਥੇ ਐਕਸੀਡੈਂਟ ਹੋਇਆ। ਪੁਲਿਸ ਨੂੰ ਜਾਂਦੇ ਨੂੰ ਰੋਕਿਆ, ਪੁਲਿਸ ਉਸ ਵੇਲੇ ਉੱਥੇ ਆ ਗਈ। ਜਦੋਂ ਅਸੀਂ ਵੇਖਿਆ ਤਾਂ ਉੱਥੇ ਤਿੰਨ ਨੌਜਵਾਨ ਪਏ ਹੋਏ ਸਨ ਜਿਹਨਾਂ ਦਾ ਆਪਸ 'ਚ ਐਕਸੀਡੈਂਟ ਹੋਇਆ ਪਿਆ ਸੀਗਾ। ਅਸੀਂ ਉਸੇ ਵੇਲੇ 108 'ਤੇ ਕਾਲ ਕੀਤੀ, ਉਹ ਕਹਿੰਦੇ ਵੀ ਸਾਡੇ ਕੋਲ ਅਵੇਲੇਬਲ ਨਹੀਂ ਆ, ਦੋਰੰਗਲੇ ਤੋਂ ਅਸੀਂ ਗੱਡੀ ਜਿਹੜੀ ਉਹ ਭਿਜਵਾ ਰਹੇ ਹਾਂ। ਅਤੇ ਮੌਕੇ ਦੇ ਉੱਤੇ ਪੁਲਿਸ ਵਾਲਿਆਂ ਨੇ ਜਿਹੜੀ ਆਪਣੀ ਐਂਬੂਲੈਂਸ ਸੀ ਉਹਨੂੰ ਵੀ ਕਾਲ ਕੀਤੀ ਆ ਅਤੇ ਉਹ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਬਚਾਉਣ ਦੀ। ਅਤੇ ਇੱਕ ਜਿਹੜਾ ਉਹਨਾਂ ਵਿੱਚ ਥੋੜ੍ਹਾ ਹੋਸ਼ ਵਿੱਚ ਲੱਗਦਾ ਸੀਗਾ, ਉਹਨੂੰ ਇੱਕ ਪ੍ਰਾਈਵੇਟ ਆਟੋ ਦੇ ਵਿੱਚ ਬਿਠਾ ਕੇ ਉਹਨੂੰ ਸਿਵਲ ਹੋਸਪਿਟਲ ਗੁਰਦਾਸ ਵਿੱਚ ਐਡਮਿਟ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਤਿੰਨਾਂ ਨੂੰ ਜਿਹੜਾ ਵਾ ਉਹ ਜਦੋਂ ਆਈ ਆ ਪੁਲਿਸ ਦੀ ਐਂਬੂਲੈਂਸ, ਉਹਨਾਂ ਨੂੰ ਉਠਾਇਆ ਔਰ ਭਿਜਵਾਇਆ ਗਿਆ ਸਿਵਲ ਹੋਸਪਿਟਲ ਗੁਰਦਾਸਪੁਰ। ਅਤੇ ਉਹ ਲੱਗਾ ਹੁਣ ਪਤਾ ਵੀ ਉਹਨਾਂ ਵਿਚਾਰਾਂ ਵਿੱਚੋਂ ਤਿੰਨ ਜਿਹੜੇ ਨੌਜਵਾਨ ਨੇ ਉਹ ਦੁੱਖ ਦੀ ਘਟਨਾ ਹੈ ਕਿ ਉਹਨਾਂ ਦੀ ਡੈਥ ਹੋ ਗਈ ਆ। ਤਾਂ ਜੋ ਮੈਂ ਤੁਰੰਤ ਮੌਕੇ 'ਤੇ ਪਹੁੰਚਿਆ, ਮੌਕੇ 'ਤੇ ਜਾ ਕੇ ਵੇਖਿਆ ਵਾ ਚਾਰੇ ਬੰਦੇ ਸੀਰੀਅਸ ਸੀ, ਚਾਰਾਂ ਨੂੰ ਮੈਂ ਜਿਹੜੀ ਆਪਣਾ ਸਿਵਲ ਹੋਸਪਿਟਲ ਪਹੁੰਚਾਇਆ। ਪਹੁੰਚਾ ਕੇ ਅਤੇ ਫਿਰ ਮੈਂ ਖੁਦ ਆਪਣਾ ਇੱਥੇ ਬੱਬਰੀ ਹੋਸਪਿਟਲ ਪਹੁੰਚਿਆ ਜਿੱਥੇ ਤਿੰਨਾਂ ਦੀ ਡੈਥ ਹੋ ਗਈ ਹੈ ਅਤੇ ਇੱਕ ਜਿਹੜਾ ਸੀਰੀਅਸ ਹਜੇ ਹੈ। ਅਤੇ ਇਹਨਾਂ ਦੀ ਉਮਰ ਕਰੀਬ ਕੋਈ 25-26 ਸਾਲ ਦੇ ਵਿੱਚ। ਹਾਂ, ਪਤਾ ਲੱਗ ਗਿਆ ਹੁਣ ਤਾਂ ਇਹਨਾਂ ਦੇ ਵਾਰਸ ਆ ਰਹੇ ਹਾਂ ਅਸੀਂ ਟੈਲੀਫੋਨ ਦੇ ਰਾਹੀਂ। ਇਹਨਾਂ ਦੇ ਜਿਹੜਾ ਜਿਹੜਾ ਕੋਈ ਮੋਬਾਈਲ ਮਿਲੇ ਆ ਉਹਨਾਂ ਦੇ ਰਾਹੀਂ ਅਸੀਂ ਟੈਲੀਫੋਨ ਕਰਕੇ ਇਹਨਾਂ ਦੇ ਵਾਰਸਾਂ ਨੂੰ ਨੋਟ ਕਰਾਇਆ ਵਾ ਅਤੇ ਉਹ ਵੀ ਪਹੁੰਚ ਰਹੇ ਆ ਅਤੇ ਇਹਨਾਂ ਦੇ ਨਾਮਾਂ ਦਾ ਵੀ ਕੁਛ ਦਾ ਪਤਾ ਲੱਗ ਗਿਆ। ਐਕਸੀਡੈਂਟ ਹਰਦੋਸ਼ਨੀਆ ਚੌਂਕ ਤੋਂ ਥੋੜ੍ਹਾ ਜਿਹਾ ਅਗਲੇ ਪਾਸੇ ਜੀ ਆਲੇ ਚੱਕ ਨੂੰ ਜਾਈਦਾ।